السلام علیکم ای جمعراتی ماش دی پنځه رجوبل مرجب دی نو ته فګندې بای تاریخ اے ریڈیو پاکستان ہی رخصانم سرتوں خبرت سنا پہلا خاص خاص خبرن دا خلاصہ وزیراعظم نے سرمایہ کاران ته تاجرانو سہولتا دین لئی متعلقہ قانون تے قاعدیاں نو سکھا بنا دی ہدایت کیتی ہے ਖੂਸੂਸੀ ਇਕਤਸਾਦੀ ਜ਼ੋਨਸ ਬਣਾਉਣ ਦੀ ਮਨਜ਼ੂਰੀ ਦੇਣ ਵਾਲੇ ਬੋਰਡ ਨੇ ਬਲੋਚਿਸਤਾਨ ਸਿੰਧ ਖੈਬਰ ਪਖਤੂਨਖਾ ਤੇ ਪੰਜਾਬ ਵਿੱਚ ਸੱਤ ਖੂਸੂਸੀ ਇਕਤਸਾਦੀ ਜ਼ੋਨਸ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਮਨਸੂਬਾ ਬੰਦੀ ਦੇ ਵਜ਼ੀਰ ਨੇ ਕਿਹਾ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਹਕੂਮਤ ਨੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਮਹਿੰਗਾਈ ਨੂੰ ਘਟ ਕਰਨ ਦਾ ਤਹਿਈਆ ਕੀਤਾ ਹੋਇਆ ਹੈ ਪੰਜਾਬ ਦੇ ਮਿਹਨਤ ਤੇ ਇਨਸਾਨੀ ਵਸਾਇਲ ਦੇ ਵਜ਼ੀਰ ਨੇ ਕਿਹਾ ਹੈ ਕਿ ਸੂਬੇ ਦੇ ਸਾਰੇ ਸੋਸ਼ਲ ਸਿਕਿਉਰਿਟੀ ਦੇ ਹਸਪਤਾਲਾਂ ਨੂੰ ਬਿਹਤਰ ਬਣਾਉਣ ਲਈ ਫੰਡਸ ਮਖਤਸਸ ਕੀਤੇ ਗਏ ਨੇ ਹੁਣ ਤੁਸੀਂ ਪੂਰੀ ਖਬਰ ਸੁਣੋ وزیر اعظم عمران خان نے سرمایہ کارن تے کاروباری لوکانوں سہولتاں دی لئی متعلقہ قانون تے ضابطیاں نو سکھا بناں دی ہدایت کیتی ہے۔ او اسلام آباد وچ خصوصی اقتصادی زون بارے بورڈ دے پنویں اجلاس تے ستارت کر رہے سن۔ وزیر اعظم نے کہا کہ خصوصی اقتصادی زون بناں دا مقصد سرمایہ کاراں تے کاروباری لوکانوں ہر ممکن سہولتاں دینا ہے۔ اجلاس وچ بلوچستان، سندھ، خیبر پختونخوا تے پنجاب وچ ست خصوصی اقتصادی زون بناں دی وی منظوری دیتی گئی۔ इजलास में दसा गया कि खसूसी इकतसादी जोन बारे दो हज़ार बारह कानून की मनजूरी तुम दो हज़ार अठारह तक मुल्क सिर्फ सत्त जोन बनाए गए हैं जबकि मौजूदा हु दो हज़ार उन्नी नवे नशी जोन बनाजूरी दी है वजीर आज़म ने खसूसी मुआशी जोन बनाने वर्किंग ग्रुप बनान दी भी हिदायत की वजीर आजम इमरान खान ने कहा है कि पाकिस्तान तरक़ियाती मनसूबिया ने रकम इस्तेमाल तेजी अद रहा है ਇਕ ਟਵੀਟ ਹੋਇਆ ਸੀ ਉਹਨਾਂ ਨੇ ਕਿਹਾ ਕਿ ਰੁਪਿਆ مستحکم ہے ਤੇ ਜਾਰੀ ਖਾਤਿਆਂ ਦਾ ਖਸਾਰਾ 73 ਫੀਸਦ ਘਟ ਹੋਇਆ ਹੈ ਜਦ ਕਿ ਬਰਾਮਦਦ ਤੇ ਸੀਮਰਤੀ ਫਰੋਖਤ ਵਧੀ ਹੈ ਰਿਪੋਰਟ ਦੇ ਮੁਤਾਬਕ ਪਿਛਲੇ مالی ਸਾਲਾਂ ਇਚ ਜੂਨ ਤੋਂ ਫਰਵਰੀ ਤੱਕ 2014-15 ਇਚਤਰਕਿਆਤੀ ਖਰਚਾਤ 32 ਫੀਸਦ 2015-16 ਇਚ 31 ਫੀਸਦ 2016-17 ਇਚ 29 ਫੀਸਦ 2017-18 ਇਚ 32 ਫੀਸਦ ਜੱਤ ਕੇ 2018-19 ਚ 32% ਰਹੇ ਨੇ ਰਿਪੋਰਟ 에 ਚ ਖਾਸ ਤੌਰ ਤੇ ਪਾਕ-ਚੀਨ ਇਕਤਸਾਦੀ ਰਾਹਦਾਰੀ ਸਮੇਤ ਕੌਮੀ ਅਹਿਮੀਅਤ ਦੇ ਮختلف ਮਨਸੂਬਿਆਂ ਉਤੇ مالی ਮਦਦ ਤੇ ਖਰਚਿਆਂ ਬਾਰੇ ਹਕੂਮਤ ਦੇ ਅਜ਼ਮ ਨੂੰ ਵੀ ਉਜਾਗਰ ਕੀਤਾ ਗਿਆ ਹੈ ਮਨਸੂਬਾ ਬੰਦੀ ਦੇ ਵਜ਼ੀਰ ਅਸਦ ਉਮਰ ਨੇ ਕਿਹਾ ਹੈ ਕਿ ਹਕੂਮਤ ਆਉਣ ਵਾਲੇ ਕੁਝ ਮਹੀਨੇ ਚ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਮਹਿੰਗਾਈ ਨੂੰ ਕਟ ਕਰਨ ਦਾ ਤਹਿਯਾਰ ਰੱਖਦੀ ਹੈ ਉਨਾ ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲਾਂ ਕਰਦੇ ਹੋਏ ਆ ਕਿ ਹਕੂਮਤ ਦੀ ਪੇਸ਼ਾਵਰਾਨਾ ਮੌਆਸ਼ੀ ਟੀਮ ਇਸ سلسلے 'ਚ ਮੁxtਲਫ ਸਮਤਾਇਂ 'ਚ ਕੰਮ ਕਰ ਰਹੀ ਹੈ ਅਸਦੁਮਰ ਨੇ ਕਿਹਾ ਕਿ ਖਾਨ ਪੀਂਦੀਆਂ ਸ਼ੈਵਾਂਦੀਆਂ ਕੀਮਤਾਂ ਘਟ ਹੋਈਆਂ ਨੇ ਤੇ ਬਰਾਮਦ ਦੇ ਸ਼ੋਭੇ 'ਚ ਤੇਜ਼ੀ ਨਾਲ ਬਿਹਤਰੀ ਆਈ ਹੈ ਇਤਲਾਕ ਬਾਰੇ ਵਜ਼ੀਰ ਆਜ਼ਮ ਦੀ ਖੂਸੀਸੀ ਮੌਆਮਨ ਡਾਕਟਰ ਫਿਰਦੌਸ ਆਸ਼ੀ ਕਾਬਾਨ ਨੇ ਆਖਿਆ ਹੈ ਕਿ ਹਕੂਮਤ ਨੇ ਬੱਚਿਆਂ ਦੇ ਹਕੂਕ ਦੇ ਤਹਫੁਜ਼ ਦਾ ਤਹੀਅਆ ਕੀਤਾ ਹੋਇਆ ਹੈ ਉਹਨਾਂ ਇਹ ਗੱਲ اسلامਾਬਾਦ ਦੇ ਚ ਮੀਡੀਆ ਨਾਲ ਗੱਲਾਂ ਕਰਦੇ ਹੋਏ ਆਖੀ ਉਹਨਾਂ ਸੈਨੇਟ ਵਿੱਚ ਬੱਚਿਆਂ ਦੇ ਹਕੂਕ ਦੇ تحفظ ਲਈ ਕਾਨੂੰਨ ਸਾਜ਼ੀ ਦੀ ਹਮਾਇਤ ਕਰਨ ਉਤੇ ਇਸ 'ਤੇ ਇਖਲਾਫ ਦੀ ਤਾਰੀਫ਼ ਕੀਤੀ ਉਹਨਾਂ ਆਖਿਆ ਕਿ ਜਿਹੜੇ ਲੋਕ ਬੱਚਿਆਂ ਦੇ ਹਕੂਕ ਦੀ ਖਿਲਾਫਰਜ਼ੀ ਕਰ ਰਹੇ ਨੇ ਉਹਨਾਂ ਨੂੰ ਇਨਸਾਫ ਦੇ ਘਟਾਰੇ 'ਚ ਲਿਆਂਇਆ ਜਾਏਗਾ ਇਹ ਖਬਰ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਪੰਜਾਬ ਦੇ ਵਿਜ਼ੀਰ ਆਲਾ ਸਰਦਾਰ ਉਸਮਾਨ ਬੁਜ਼ਦਾਰ ਨੇ ਕਿਹਾ ਕਿ ਮੌਜੂਦਾ ਹਕੂਮਤ ਦੀ 1.5 ਸਾਲ ਦੀ ਮਿਆਦ ਇਚੇ ਰਿਕਾਰਡ ਕਾਨੂੰਨ ਸਾਜ਼ੀ ਹੋਈ ਏ ਵਿਜ਼ੀਰ ਆਲਾ ਨੇ ਲਾਹੌਰ ਤੋਂ ਜਾਰੀ ਇੱਕ ਬਿਆਨ ਵਿੱਚ ਅਫਸੋਸ ਦਾ اظہار ਕੀਤਾ ਕਿ ਮਾਜ਼ੀ ਦੇ ਹਕਮਰਾਨਾ ਨੇ ਲੋਕਾਂ ਦੇ ਫਾਇਦੇ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੇ ਮਫਾਦ ਲਈ ਕਾਨੂੰਨ ਸਾਜ਼ੀ ਕੀਤੀ ਉਨ੍ਹਾਂ ਕਿਹਾ ਕਿ ਮਾਜ਼ੀ ਦੇ ਹਕਮਰਾਨਾ ਤੇ ਕੌਮੀ ادارے ਨੇ ਉਨ੍ਹਾਂ ਨੇ ਕਿਹਾ ਕਿ ਮਾਜ਼ੀ ਦੇ ਹਕਮਰਾਨਾ ਨੇ ਕੌਮੀ ਇਦਾਰਿਆਂ ਨੂੰ ਲੁੱਟਮਾਰ ਕਰਕੇ ਉਹਨਾਂ ਨੂੰ ਤਬਾਹ ਕੀਤਾ ਪੰਜਾਬ ਦੇ ਤਵਨਾਈ ਦੇ ਵਜ਼ੀਰ ਡਾਕਟਰ ਅਖਤਰ ਮਲਿਕ ਨੇ ਕਿਹਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਖੁਸ਼ਹਾਲ ਤੇ ਤਰੱਕੀਆਪਤਾ ਪਾਕਿਸਤਾਨ ਦੇਣਾ ਚਾਹੁੰਦੇ ਆ। ਲਾਹੌਰ ਵਿੱਚ ਬਿਆਨ ਚੁਣਾ ਕਿ ਮੌਜੂਦਾ ਹਕੂਮਤ ਦੀਆਂ ਪਾਲਿਸੀਆਂ ਨਾਲ ਮਿਹਨਤ ਹਰ ਦਿਨ ਚੰਗੀ ਤੋਂ ਚੰਗੀ ਹੋ ਰਹੀ ਹੈ। ਉਹਨਾਂ ਦਾ ਕਹਿਣਾ ਸੀ ਕਿ ਇਸ ਵੇਲੇ ਇਤਿਹਾਦ ਦੀ ਬੜੀ ਜ਼ਰੂਰਤ ਹੈ। ਤਵਨਾਈ ਦੇ ਸੂਬਾਈ ਵਜ਼ੀਰ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਵਿੱਚ ਕਰਫਿਓ ਗੈਰ-اخਲਾਕੀ ਗੈਰ-ਆਇਨੀ ਤੇ ਇਨਸਾਨੀ ਹਕੂਕਤ ਦੀ ਖਿਲਾਫਤ ਹੋ ਰਹੀ ਹੈ। ਉਹਨਾਂ ਦਾ ਕਹਿਣਾ ਸੀ ਕਿ ਨਵੀਂ ਦਿੱਲੀ 'ਚ ਇحتਿਜਾਜ ਇੱਕ ਇਨਕਲਾਬ ਵਿੱਚ ਬਦਲ ਰਿਹਾ ਹੈ। ਮਿਹਨਤ ਇਨਸਾਨੀ ਵਸੀਲੀਆਂ ਬਾਰੇ ਪੰਜਾਬ ਦੇ ਵਜ਼ੀਰ ਅਨਸਰ ਮਜੀਦ ਖਾਨ ਨੇ ਕਿਹਾ ਕਿ ਮਦੀਨਾ ਟਾਊਨ ਫੈਸਲਾਬਾਦ ਦੇ ਸਪੈਸ਼ਲ ਸਕਿਉਰਿਟੀ ਹਸਪਤਾਲ 'ਚ 10 ਬਿਸਤਰਿਆਂ ਦਾ ਖੂਸੀਸੀ ਬਰਨ ਸੈਂਟਰ ਬਣਾਇਆ ਗਿਆ ਹੈ ਜਦ ਕਿ ਅਗਲੇ ਤਿੰਨ ਮਹੀਨਿਆਂ 'ਚ ਦਿਲ ਦੇ ਮਰੀਜ਼ਾਂ ਲਈ ਖੂਸੀਸੀ ਕਾਰਡੀਕ ਕੇਅਰ ਯੂਨਿਟ ਵੀ ਤਿਆਰ ਹੋ ਜਾਏਗਾ ਫੈਸਲਾਬਾਦ ਚੈਂਬਰ ਆਫ ਕਾਮਰਸ 'ਚ ਤਕਰੀਬ ਨੂੰ ਖਿਤਾਬ ਕਰਦੇ ਉਹਨਾਂ ਨੇ ਕਿਹਾ ਕਿ ਸੂਬੇ ਭਰ ਦੇ ਸਾਰੇ ਸੋਸ਼ਲ ਸਕਿਉਰਿਟੀ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਲਈ ਫੰਡ ਮਖਤਸ ਕਰ ਦਿੱਤੇ ਗਏ ਨੇ ਜਦ ਕਿ ਨਵੇਂ ਤਿੱਬੀ ਆਲਾਤ ਖਰੀਦਣ ਲਈ 96 ਕਰੋੜ 60 ਲੱਖ ਰੁਪਏ ਰੱਖੇ ਗਏ ਨੇ ਪੰਜਾਬ ਦੇ ਖੇਡਾਂ ਤੇ ਨੌਜਵਾਨਾਂ ਦੇ ਮਾਮਲਿਆਂ ਬਾਰੇ ਵਜ਼ੀਰ ਰਾਏ ਤਹਿਮੂਰ ਖਾਨ ਪੱਟੀ ਨੇ ਆਖਿਆ ਹੈ ਕਿ ਹਕੂਮਤ ਇਸ ਸਾਲ ਅਪ੍ਰੈਲ ਵਿੱਚ ਯੂਥ ਐਕਸਚੇਂਜ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਉਹਨਾਂ ਇਹ ਗੱਲ ਲਾਹੌਰ ਵਿੱਚ ਇੱਕ اجلاس ਨੂੰ ਖਿਤਾਬ ਕਰਦਿਆਂ ਹੋਇਆ ਆਖੀ ਉਹਨਾਂ ਆਖਿਆ ਕਿ ਯੂਥ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਸਾਰੇ ਮੁਲਕ ਦੇ ਜ਼ਹੀਨ ਨੌਜਵਾਨਾਂ ਨੂੰ ਦੂਜੀਆਂ ਸੂਬਿਆਂ ਦੇ ਦੌਰੇ ਦਾ ਮੌਕਾ ਦਿੱਤਾ ਜਾਏਗਾ ਉਨਾ ਆਖਿਆ ਕਿ ਪੰਜਾਬ ਦੀ ਹਕੂਮਤ ਵਜ਼ੀਰ ਆਜ਼ਮ ইমরান ਖਾਨ ਦੀ ਸੋਚ ਦੇ ਤਹਿਤ ਨੌਜਵਾਨਾਂ ਨੂੰ ਮਫੀਦ ਸ਼ਰੀ ਬਣਾਉਣ ਲਈ ਕਾਰਵਾਈਆਂ ਕਰ ਰਹੀ ਹੈ। ਏਸ਼ੀਆਈ ਤਰੱਕੀ ਆਤੀ ਬੈਂਕ ਦੇ ਇੱਕ ਵਫਤ ਨੇ ਬੈਂਕ ਦੇ ਕੰਟਰੀ ਡਾਇਰੈਕਟਰ ਜਾਓ ਯੋਂਗਹੌਂਗ ਨੇ ਲਾਹੌਰ ਵਿੱਚ ਵਾਸਾ ਦੇ ਮੈਨੇਜਿੰਗ ਡਾਇਰੈਕਟਰ ਜ਼ਾਹਿਦ ਅਜ਼ੀਜ਼ ਨਾਲ ਮੁਲਾਕਾਤ ਕੀਤੀ। ਮੁਲਾਕਾਤ ਵਿੱਚ ਘਟ ਪਾਣੀ ਵਾਲੇ ਇਲਾਕਿਆਂ ਦੇ ਮਨਸੂਬਿਆਂ ਤੇ ਪਾਣੀ ਦੀ ਪਿਮਾਇਸ਼ ਤੇ ਮਾਮਲਿਆਂ ਦਾ ਜਾਇਜ਼ਾ ਲਿਆ ਗਿਆ। ਵਾਸਾ ਦੇ ਐਮ ਡੀ ਨੇ ਇਸ ਮੌਕੇ ਤੇ ਗੱਲਾਂ ਕਰਦਿਆਂ ਹੋਇਆਂ ਵਕਤ ਨੂੰ ਦੱਸਿਆ ਕਿ ਵਾਸਾ ਨੂੰ ਸੁਬਾਈ ਦਰੁਲ ਹਕੂਮਤ ਵਿੱਚ 6 ਲੱਖ ਮੀਟਰਾਂ ਦੀ ਜ਼ਰੂਰਤ ਹੈ ਤੇ ਪੰਜਾਬ ਹਕੂਮਤ ਨੇ ਪਹਿਲਾਂ ਹੀ ਇਸ ਮਨਸੂਬੇ ਦੀ ਮਨਜ਼ੂਰੀ ਦੇ ਦਿੱਤੀ ਹੈ। ਰਾਤੀਂ ਪਾਕਿਸਤਾਨ ਸੁਪਰ ਲੀਗ ਵਿੱਚ اسلامਾਬਾਦ ਯੂनाइटेड ਨੇ ਲਾਹੌਰ ਕਲੰਦਰਜ਼ ਨੂੰ 71 ਰਨਜ਼ ਤੋਂ ਹਰਾ ਦਿੱਤਾ ਹੈ। اسلامਾਬਾਦ ਯੂनाइटेड ਨੇ ਪਹਿਲਾਂ ਬੈਟਿੰਗ ਕਰਦਿਆਂ ਹੋਇਆਂ ਮਕਰੜਾ ਓਵਰਾਂ ਵਿੱਚ 3 ਵਿਕਟਾਂ ਦੇ ਨੁਕਸਾਨ ਉੱਤੇ 198 ਰਨਜ਼ ਬਣਾਏ। ਜਵਾਬ ਵਿੱਚ ਲਾਹੌਰ ਕਲੰਦਰਸ ਦੀ ਪੂਰੀ ਟੀਮ 18.5 ਓਵਰ ਵਿੱਚ 127 ਰਨਸ ਬਣਾ ਕੇ ਆਊਟ ਹੋ ਗਈ। ਇਸਲਾਮਾਬਾਦ ਯੂਨਾਈਟਿਡ ਦੇ ਕੋਲਨ ਮੈਨਰੋ ਨੂੰ ਮੈਨ ਆਫ ਦੀ ਮੈਚ ਘਰਾਰ ਦਿੱਤਾ ਗਿਆ। ਅੱਜ ਪਾਕਿਸਤਾਨ ਸੁਪਰ ਲੀਗ ਦੇ 18ਵੇਂ ਮੈਚ ਵਿੱਚ ਰਾਵਲਪਿੰਡੀ ਚ ਕੋਇਟਾ ਗਲੈਡੀਏਟਰਸ ਦਾ ਟਾਕਰਾ ਪਿਸ਼ਾਵਰ ਜ਼ਲਮੀ ਨਾਲ ਹੋਵੇਗਾ। ਮੈਚ ਰਾਤੀ 7 ਵਜੇ ਸ਼ੁਰੂ ਹੋਵੇਗਾ। ਖਬਰਾਂ ਖਤਮ ਹੋਈਆਂ।